ਤਰਨ ਦੀ ਦਾਣਾ ਮੰਡੀ 'ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਅਤੇ ਆੜ੍ਹਤੀ ਪਰੇਸ਼ਾਨ ਹਨ। ਤਰਨ ਤਾਰਨ ਦੀ ਦਾਣਾ ਮੰਡੀ ਵਿਖੇ ਕਿਸਾਨ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਮੰਗ ਕੀਤੀ ਗਈ ਹੈ ਕਿ ਇੱਥੇ ਕਣਕ ਦੀ ਲਿਫਟਿੰਗ ਛੇਤੀ ਤੋਂ ਛੇਤੀ ਸ਼ੁਰੂ ਹੋਏ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਦੀ ਮੁਸ਼ਕਲਾਂ ਦਾ ਹੱਲ ਹੋ ਸਕੇ। ਸਮੱਸਿਆ ਸਭ ਤੋਂ ਵੱਡੀ ਲਿਫਟਿੰਗ ਦੀ ਹੈ ਜੀ। ਪਰਚੇਜ ਸਹੀ ਆ, ਬਾਰਦਾਨਾ ਏਜੰਸੀਆਂ ਦਾ ਸਹੀ, ਸੋਆਈ ਐਫ ਸੀ ਦੀ ਥੋੜ੍ਹੀ ਬਾਰਦਾਨੇ ਦੀ ਪਰਚੇਜ ਦੀ ਦਿੱਕਤ ਆ, ਬਾਕੀ ਪੰਜਾਬ ਦੀਆਂ ਸਾਰੀਆਂ ਏਜੰਸੀਆਂ ਦੀ ਪਰਚੇਜ ਬਾਰਦਾਨੇ ਦੀ ਕੋਈ ਦਿੱਕਤ ਨਹੀਂ, ਸਹੀ ਆ। ਸਰਕਾਰ ਦੇ ਜਿਹੜੇ ਪ੍ਰਬੰਧ ਇਹਨਾਂ ਤੋਂ ਅਸੀਂ ਸੰਤੁਸ਼ਟ ਹਾਂ, ਵਧੀਆ। ਪਰ ਇੱਕੋ ਇੱਕ ਪ੍ਰੋਬਲਮ ਵੀ ਜਿਹੜਾ ਟੈਂਡਰ ਕਾਰਡ ਦਾ ਪ੍ਰਬੰਧ ਆ ਨਾ, ਇਹਦੇ ਤੋਂ ਅਸੀਂ ਸੰਤੁਸ਼ਟ ਨਹੀਂ। ਟੈਂਡਰ ਕਾਰਡ ਦਾ ਰੈਪੂਟੇਸ਼ਨ ਬਹੁਤ ਮਾੜਾ। ਸਮੱਸਿਆ ਇਸ ਵੇਲੇ ਮੇਨ ਸਾਨੂੰ ਲਿਫਟਿੰਗ ਦੀ ਆ। ਟਰਾਂਸਪੋਰਟੇਸ਼ਨ ਦੇ ਜਿਹੜੇ ਟੈਂਡਰ ਹੋਏ ਆ ਉਹ ਟੈਂਡਰਕਰਤਾ ਨੇ ਅਜੇ ਤੱਕ ਕੋਈ ਗੱਡੀ ਨਹੀਂ ਮੁਹੱਈਆ ਕਰਾਈ। ਅੱਜ ਤਕਰੀਬਨ 8 ਦਿਨ ਹੋ ਗਏ ਆ ਪਰਚੇਜ ਹੋਣ ਦੇ ਨੂੰ, ਔਰ ਸਾਨੂੰ ਸਰਕਾਰ ਵੱਲੋਂ ਬਹੁਤ ਜਿਹੜਾ ਵਧੀਆ ਕੰਮ ਜਿਹੜਾ ਚਲਾਇਆ ਜਾ ਰਿਹਾ, ਕੋਈ ਬਾਰਦਾਨੇ ਦੀ ਦਿੱਕਤ ਨਹੀਂ ਆ, ਕੋਈ ਸਾਨੂੰ ਪਰਚੇਜ ਦੀ ਦਿੱਕਤ ਨਹੀਂ ਆ, ਕੋਈ ਸਾਨੂੰ ਪੇਮੈਂਟ ਦੀ ਦਿੱਕਤ ਨਹੀਂ ਆ। ਜਿਹੜਾ ਦਾਣਾ ਮੰਡੀ ਦਾ ਪ੍ਰਬੰਧ ਆ ਬਹੁਤ ਵਧੀਆ, ਜਿਹੜਾ ਸੁਚਾਰੂ ਢੰਗ ਨਾਲ ਚੱਲ ਰਿਹਾ ਵਾ। ਬਹੁਤ ਬਹੁਤ ਅਸੀਂ ਧੰਨਵਾਦ ਹਾਂ ਸਰਕਾਰ ਦੇ। ਜਿਸ ਤਰ੍ਹਾਂ ਪਰਸੋਂ ਦੀ ਅਜੇ ਖਰੀਦ ਸ਼ੁਰੂ ਹੋਈ ਆ ਅਤੇ ਵਧੀਆ ਬਾਰਦਾਨਾ ਵੀ ਮਿਲਿਆ ਵਾ। ਵੇਖੋ ਜੀ, ਠੇਕੇਦਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਟੈਂਡਰ ਲਿਆ ਵਾ ਅਤੇ ਮੰਡੀ ਦੇ ਵਿੱਚੋਂ ਜਿਹੜੀ ਲਿਫਟਿੰਗ ਆ ਉਹ ਸ਼ੁਰੂ ਕਰਵਾਈ ਜਾਵੇ, ਨਹੀਂ ਅਜੇ ਸ਼ੁਰੂ ਨਹੀਂ ਹੋਈ। ਤਰਨ ਤਾਰਨ ਦਾਣਾ ਮੰਡੀ ਵਿੱਚ ਖਰੀਦ ਸ਼ੁਰੂ ਕਰਾ ਦਿੱਤੀ ਗਈ ਹੈ ਔਰ ਪ੍ਰਸ਼ਾਸਨ ਵੱਲੋਂ, ਲੇਕਿਨ ਮੰਡੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ 8 ਤੋਂ 9 ਲੱਖ ਕੱਟਾ ਜਮ੍ਹਾਂ ਹੋ ਚੁੱਕਾ ਹੈ ਜੋ ਨਹੀਂ ਚੁਕਾ ਰਿਹਾ। ਅਗਰ ਇਸ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਹੋਵੇਗੀ। ਕੈਮਰਾਮੈਨ ਵਿਕਰਮ ਸਹਿਲ ਦੇ ਨਾਲ ਗੁਰਿੰਦਰ ਟਿੰਕੂ, ਰਿਪੋਰਟ ਫਾਸਟਵੇ ਨਿਊਜ਼, ਤਰਨ ਤਾਰਨ।